Assalamu alaikum, welcome to my YouTube family. Aaj asan program si bangan banane na bangan banane te asan keh rahe hain ki chizan istemal karsan tre pyaz istemal karsan do thume re boote green marchan ek tomato asan taiyar karsan te fir tusi view karsan asan pyaz chilli ke taiyar kari chhe ya nal thume vi chille ya takhi sakne ho ki asan butter kitna istemal karsan andi asan rakhi vi hai ਅੱਗ ਬਾਲੀ ਕੇ ਤਾਂ ਨਾਲ ਅਸਾਂ ਥੋੜ੍ਹਾ ਤੇਲ ਵੀ ਇਸਤੇਮਾਲ ਕੀਤਾ ਤਾਂ ਕੀ ਸਕਦੇ ਹੋ ਕਿ ਇਸ ਤੋਂ ਬਾਅਦ ਅਸਾਂ ਇਹ ਪਿਆਜ਼ ਗਲੀ ਜਾ ਤਾਂ ਫਿਰ ਨੈਕਸਟ ਤੁਸੀਂ ਦੱਸਣੇ ਹੋ ਅੱਜ ਅਸਾਂ ਥੂਮ ਨਾਰਮਲ ਛੁਰੀ ਨਾਲ ਕੱਟੀ ਗਿਆ ਬਹਿਆ ਵੈ ਅਸਾਂ ਵੈਸੇ ਗ੍ਰੈਂਡ ਕਰੀਏ ਬਣੇ ਹੋਏ ਹਾਂ ਤਾਂ ਕੀ ਸਕਦੇ ਹੋ ਥੂਮ ਅਸਾਂ ਨਾਰਮਲ ਹੱਥਾਂ ਨਾਲ ਕੱਟੀ ਕੇ ਪਾਇਆ ਵੈ ਸਬਜ਼ੀ ਵਿੱਚ ਅਸਾਂ ਜਿਹੜਾ ਹੱਥਾਂ ਨਾਲ ਕੱਟੀ ਕੇ ਪਾਉਂਦੇ ਹਾਂ ਥੂਮ ਥੂਮ ਅਸਾਂ ਅੱਜ ਨਾਰਮਲ ਛੁਰੀ ਨਾਲ ਕੱਟੀ ਕੇ ਬਣੇ ਵਜ੍ਹਾ ਇਹ ਸੀ ਕਿ ਅਸਾਂ ਗ੍ਰੈਂਡ ਮਸ਼ੀਨਾਂ 'ਚ ਗ੍ਰੈਂਡ ਕਰਾਂ ਤਾਂ ਫਿਰ ਥੂਮੇ ਨਹੀਂ ਅੱਛਾ ਸਮੈਲ ਹੋਈ ਜਾਣੀ ਹੈ ਸਟਰੋਂਗ ਹੋਈ ਜਾਣਾ ਤਾਂ ਇਸ ਵਾਰੀ ਅਸਾਂ ਅੱਜ ਸਬਜ਼ੀ ਵਿੱਚ ਥੂਮ ਹੱਥਾਂ ਨਾਲ ਕੱਟੀ ਕੇ ਪਾਇਆ ਤਾਂ ਕੀ ਸਕਦੇ ਹੋ ਕਿ ਅਸਾਂ ਅੰਡੀ ਬਣਾ ਸਾਂ ਅਤੇ ਨਾਲ ਤੁਸੀਂ ਵਿਊ ਵੀ ਕਰਾ ਹੁਣ ਨੈਕਸਟ ਤਾਂ ਕੀ ਸਕਦੇ ਹੋ ਅਸਾਂ ਟਮਾਟਰ ਹੀ ਕੱਟੀ ਕੇ ਬਾਸਾਂ ਤਾਂ ਕੀ ਸਕਦੇ ਪਿਆਜ਼ ਅਸਾਂ ਗਲਣ ਲੱਗੇ ਹਾਂ ਅਤੇ ਨਾਲ ਹੀ ਅਸਾਂ ਟਮਾਟਰ ਐਡ ਕਰਨ ਲੱਗੇ ਹੋਏ ਹਾਂ ਮਾਸ਼ਾਅੱਲਾ ਤਾਂ ਕੀ ਸਕਦੇ ਹਾਂ ਅਸਾਂ ਆਂਡੀ ਰੱਖੀ ਹੋਈ ਹੈ ਅਤੇ ਨਾਲ ਅਸੀਂ ਮਿਕਸ ਕਰਨ ਲੱਗੇ ਹੋਏ ਹਾਂ ਥੂਮ ਪਿਆਜ਼ ਮਿਰਚਾਂ ਆਪਸ ਵਿੱਚ ਪ੍ਰੋਪਰ ਮਿਕਸ ਹੋਈ ਜਾਣ ਅਤੇ ਫਿਰ ਅਸਾਂ ਨੈਕਸਟ ਪੁੱਛਦੇ ਹਾਂ ਅੱਜ ਸੱਤਵਾਂ ਰੋਜ਼ਾ ਮਾਸ਼ਾਅੱਲਾ ਅੱਲਾ ਨੇ ਉੱਪਰ ਕੰਪਲੀਟ ਹੋ ਗਿਆ ਬਤਾ ਰਮਜ਼ਾਨ ਤੱਕੀ ਤਾਂ ਫੋਟੋ ਵੋਟੋ ਗੁਜ਼ਰਨਾ ਹੋਇਆ ਅੱਲਾ ਨੇ ਹੁਕਮਾਂ ਨਾਲ ਪਤੀ ਨਹੀਂ ਲੱਗਣਾ ਤਿਆਰੀਆਂ ਨਾਲ ਚਲੋ ਅੱਲਾ ਤਾਲਾ ਇਨਸ਼ਾਅੱਲਾ ਬਰਕਤ ਪਏ ਹਰ ਬੰਦੇ 'ਤੇ ਆਸਾਨੀ ਕਰੇ ਅੱਲਾ ਹੁਣ ਅਸਾਂ ਇਸ ਤੋਂ ਬਾਅਦ ਨਮਕ ਐਡ ਕਰ ਰਹੇ ਹਾਂ ਤਾਂ ਕੀ ਸਕਦੇ ਹਾਂ ਅੱਧੀ ਚਮਚ ਤੋਂ ਥੋੜ੍ਹਾ ਨਮਕ ਇਸਤੇਮਾਲ ਕਰਸਾਂ ਨਮਕ ਪਾਈ ਛੁੜਿਆ ਹੋਇਆ ਤਾਂ ਹੁਣ ਅਸਾਂ ਇਸ ਅੰਡੇ ਵਿੱਚ ਮਿਕਸ ਕਰੀ ਛੁੜਾਂ ਹੁਣ ਅਸਾਂ ਪਿਆਜ਼ ਗਲੀ ਗਿਆ ਵੇ ਤਾਂ ਹੁਣ ਅਸਾਂ ਬਸ ਹਾਂ ਬਸਾਰ ਹੁਣ ਅਸਾਂ ਬਸਾਰ ਪਾਉਣੇ ਹਾਂ ਅਤੇ ਤੱਕੀ ਸਕਦੇ ਹੋ ਕਿ ਅਸਾਂ ਪਿਆਜ਼ ਬਹੁਤ ਗਾਲਿਆ ਨਹੀਂ ਹੈ ਸਬਜ਼ੀ ਵਿੱਚ ਅਸਾਂ ਇਸ ਤਰ੍ਹਾਂ ਪਿਆਜ਼ ਗਾਲ ਲੈਣਾ ਤਾਂ ਜੇ ਮੋਟਾ ਮੋਟਾ ਰੱਖਣੇ ਹੋ ਨਾਈਸ ਲੱਗੇ ਤੱਕੀ ਸਕਦੇ ਹੋ ਕਿ ਪ੍ਰੋਪਰ ਅਸਾਂ ਬਹੁਤ ਗਾਲਿਆ ਨਹੀਂ ਹੈ ਪਿਆਜ਼ ਸਾਬਤਾ ਰੱਖਿਆ ਥੋੜ੍ਹਾ ਪਿਆਜ਼ ਅਸਾਂ ਗਲੀ ਗਿਆ ਤਾਂ ਹੁਣ ਅਸਾਂ ਬਸਾਰ ਪਾਉਣੇ ਤਾਂ ਕੀ ਸਕਦੇ ਹਾਂ ਇੱਕ ਚਮਚ ਬਸਾਰ ਅਸਾਂ ਬਾਈ ਛੁੜਿਆ ਵੇ ਅਤੇ ਦੋ ਚਮਚਾ ਬਸਾਰ ਅਸਾਂ ਬਈਏ ਇਸ ਤੋਂ ਬਾਅਦ ਅਸਾਂ ਅੱਧੀ ਜਾਵੇ ਬਸ ਹਾਂ ਅੱਧੀ ਚਮਚ ਅਤੇ ਨਾਲ ਹੀ ਅਸਾਂ ਮਿਕਸ ਕਰੀ ਛੁੜ ਸਾਂ ਪਿਆਜ਼ ਵਿੱਚ ਅੱਗ ਅਸਾਂ ਤੇਜ਼ ਰੱਖੀ ਹੈ ਥੋੜ੍ਹੀ ਹੁਣ ਤੁਸੀਂ ਤੱਕੀ ਸਕਦੇ ਹੋ ਕਿ ਅਸਾਂ ਬੈਂਗਣ ਸਨ ਜਿਹੜੇ ਇਹ ਲੰਬੇ ਕੱਟੇ ਨੇ ਬਾਅਦ ਬੰਦੇ ਨਿੱਕੇ ਕੱਟੇ ਨੇ ਅਸਾਂ ਆਪਣਾ ਆਪਣਾ ਸਟਾਈਲ ਹੋਣਾ ਲੇਕਿਨ ਅਸਾਂ ਇਸਦੀ ਲੰਬਾਈ ਕੱਟਿਆ ਹੋਏ ਅਸਾਂ ਕੱਟੀ ਜਾ ਤਿਆਰ ਕੀਤੇ ਹਨ ਅਤੇ ਫਿਰ ਨੈਕਸਟ ਦੱਸਦੇ ਹਾਂ ਤੁਸੀਂ ਬਸਾਰਾਂ ਦੇ ਵਿੱਚ ਅਸਾਂ ਪਿਆਜ਼ ਦਾ ਵੀ ਥੋੜ੍ਹਾ ਪਾਣੀ ਪਾ ਸਕਦਾ ਹਾਂ ਜੇ ਪਿਆਜ਼ ਹੀ ਥੋੜ੍ਹਾ ਗਲੀ ਜਾਏ ਇੱਕ ਸਾਹ ਅਤੇ ਬਸਾਰ ਵੀ ਭੁੱਜੀ ਜਾਣ ਤੱਕੀ ਸਕਦੇ ਹੋ ਕਿ ਸਬਜ਼ੀ ਅਸਾਂ ਬਣਨ ਤੋਂ ਪਹਿਲਾਂ ਪਿਆਜ਼ ਜਿਹੜਾ ਗਲਣੇ 'ਤੇ ਅਸਾਂ ਦੋ ਤਰੇ ਮਿੰਟ ਗੈਸ ਆਈ ਰੱਖਿਆ ਸੀ ਅਤੇ ਇਸ ਤੋਂ ਬਾਅਦ ਅਸਾਂ ਹੁਣ ਸਬਜ਼ੀ ਐਡ ਕਰ ਰਹੇ ਤਾਂ ਕਿਸੇ ਵੈਂਗਣ ਅਸਾਂ ਕੱਟੀਏ ਤਿਆਰ ਕੀਤੇ ਹਨ ਤਾਂ ਹੁਣ ਅਸਾਂ ਐਡ ਕਰ ਰਹੇ ਹਾਂ ਬੈਂਗਣ ਅਸਾਂ ਪਾਈ ਛੁੜੇ ਹਾਂ ਅਤੇ ਨਾਲ ਅਸਾਂ ਗ੍ਰੇਵੀ ਮਿਕਸ ਕਰੀ ਛੁੜ ਸਾਂ ਹੁਣ ਤੱਕ ਹੀ ਸਕਦੇ ਹੋ ਅਤੇ ਗੈਸ ਵੀ ਅਸਾਂ ਤੇਜ਼ ਰੱਖੀ ਆ ਅਤੇ ਤਕਰੀਬਨ ਅਸਾਂ ਦੋ ਤਰੇ ਮਿੰਟ ਅਸਾਂ ਗੈਸ ਤੇਜ਼ ਰੱਖਸਾਂ ਤਾਂ ਉਹ ਢੱਕਣ ਦੇਈ ਜਿਹੜੇ ਅੰਡੇ ਨੇ
ਹਾਂਡੀ ਫਿਰ ਅਸਾਂ ਢੱਕਣਾ ਦੇਈ ਛੱਡਿਆ ਤਾਂ ਜੇ ਸਬਜ਼ੀ ਅਸਾਂ ਨਹੀਂ ਗਲੀ ਜਾ ਥੋੜ੍ਹਾ ਰੇਵੜੀ ਸਹੀ ਪ੍ਰੋਪਰ ਮਿਕਸ ਹੋਈ ਜਾਏ। ਚੰਜਰ ਅੱਜ ਅਸਾਂ ਨੇ ਘਰ ਫਰੈਸ਼ ਖਤਮ ਹੋਈ ਹੋਈ ਸੀ, ਅਸੀਂ ਯਾਦ ਨਹੀਂ ਰਹੀ ਆਨਲਾਈਨ ਹੀ ਛਾਪਾ ਨੂੰ ਸਬਜ਼ੀ ਵਿੱਚ ਪਾਉਣੇ ਤੇ ਤਾਂ ਅਸਾਂ ਕੋਲ ਅੱਜ ਪਾਊਡਰ ਹੈ ਤਾਂ ਅਸਾਂ ਉਹ ਪਾਊਡਰ ਵਾਸਤੇ ਜਿੰਜਰ ਪਾਊਡਰ ਜਿਹੜਾ ਤੁਸੀਂ ਕਿਵੀ ਵੀ ਕਰਾਸਾਂ ਹੁਣ ਅਸਾਂ ਸਬਜ਼ੀ ਭੁੰਨਣ ਲੱਗੇ ਹਾਂ। ਤੱਕੀ ਸਕਦੇ ਹੋ ਬੈਂਗਣ ਅਸਾਂ ਭੁੰਨਣ ਲੱਗੇ ਹਾਂ ਗਰੇਵਰੀ ਵਿੱਚ, ਥੋੜ੍ਹਾ ਟਾਈਮ ਅਸਾਂ ਇੰਨਾ ਕੁ ਭੁੰਨ ਸਾਂ ਅਤੇ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਦੱਸਾਂਗੇ। ਸਬਜ਼ੀ ਅਸਾਂ ਨਹੀਂ ਪੁੱਜਣ ਆਉਣ ਲੱਗੀ ਵੀ ਹੈ, ਨਾਲ ਹੀ ਅਸਾਂ ਕਾਲੀਆਂ ਮਿਰਚਾਂ ਤੱਕੀ ਸਕਦੇ ਹੋ ਬਾਸਾਂ ਥੋੜ੍ਹੀਆਂ, ਅਤੇ ਨਾਲ ਹੀ ਅਸਾਂ ਜਿੰਜਰ ਪਾਊਡਰ ਜਿਹੜਾ ਉਹ ਵੀ ਐਡ ਕਰਨੇ ਹਾਂ। ਤੱਕੀ ਸਕਦੇ ਹੋ ਥੋੜ੍ਹਾ ਸਾਰਾ ਅਸਾਂ ਇਸਤੇਮਾਲ ਕੀਤਾ ਹੈ। ਇਸ ਤੋਂ ਬਾਅਦ ਅਸਾਂ ਮਿਕਸ ਕਰੀ ਹੋਰ ਸਾਂ ਸਬਜ਼ੀ ਵਿੱਚ, ਅਸਾਂ ਮੀਡੀਅਮ ਕਰੀ ਛੱਡੀ ਹੈ ਅਤੇ ਸਬਜ਼ੀ ਲਾਉਣਾ ਭੁੰਨਣ ਲੱਗੇ ਹਾਂ ਅਤੇ ਫਿਰ ਇਸ ਤੋਂ ਬਾਅਦ ਨੈਕਸਟ ਦੱਸਣੀ ਆ। ਹੁਣ ਅਸਾਂ ਅੰਡੀ ਨੂੰ ਢੱਕਣਾ ਦੇਈ ਛੱਡਿਆ ਅਤੇ ਅਸਾਂ ਸਬਜ਼ੀ ਗਲਣੇ ਅਤੇ ਤਕਰੀਬਨ ਅੱਧਾ ਘੰਟਾ ਮੀਡੀਅਮ ਅੱਗ ਉੱਪਰ ਰੱਖ ਅਸਾਂ ਤੱਕੀ ਸਕਦੇ ਹੋ ਕਿ ਸਬਜ਼ੀ ਅਸਾਂ ਨਹੀਂ ਗਲਣੇ ਪਰ ਤਕਰੀਬਨ ਗਈ ਵੀ ਹੈ ਤਾਂ ਹੁਣ ਅਸਾਂ ਸੁੱਕਾ ਧਨੀਆ ਜਿਹੜਾ ਪਾਊਡਰ ਉਹ ਪਾਸਾਂ ਅੱਧੀ ਚਮਚ। ਨਾਲ ਹੀ ਅਸਾਂ ਮਿਕਸ ਕਰੀ ਜੋੜ ਸਾਂ ਅੱਗ ਅਸਾਂ ਤੇਜ਼ ਰੱਖੀ ਵੀ ਹੈ ਤੱਕੀ ਸਕਦੇ ਹੋ। ਅੱਗ ਅਸਾਂ ਤੇਜ਼ ਕਰੀ ਗਏ ਸਬਜ਼ੀ ਕੀ ਭੁੰਨਸਾਂ ਥੋੜ੍ਹੀ ਦੇਰ ਤੱਕੀ ਸਕਦੇ ਹੋ। ਹੁਣ ਅਸਾਂ ਆਪਣੀ ਸਬਜ਼ੀ ਭੁੰਨੀ ਛੋੜੀ ਹੈ ਅਤੇ ਨਾਲ ਹੀ ਅਸਾਂ ਗਰਮ ਮਸਾਲਾ ਵਾਸਾਂ ਤੱਕੀ ਸਕਦੇ ਹਾਂ, ਅੱਧੀ ਚਮਚ ਨਾਲ ਘੱਟ ਅਸਾਂ ਗਰਮ ਮਸਾਲਾ ਪਾਇਆ ਹੋਇਆ। ਸਬਜ਼ੀ ਅਸਾਂ ਨੇ ਭੁੱਜੀ ਗਈ ਹੈ ਮਾਸ਼ਾਅੱਲਾ, ਤੱਕੀ ਸਕਦੇ ਹੋ ਪ੍ਰੋਪਰ ਨਾਈਸ ਤਰੀਕੇ ਨਾਲ ਭੁੱਜਣ ਹੋਈ ਹੈ ਸਬਜ਼ੀ, ਤਾਂ ਸੋਹਣੀ ਨਾਈਸ ਸਮੈਲ ਹੈ ਮਾਸ਼ਾਅੱਲਾ। ਅੱਗ ਅਸਾਂ ਤੇਜ਼ ਰੱਖੀ ਵੀ ਹੈ ਅਤੇ ਨਾਲ ਹੀ ਅਸਾਂ ਇਹ ਸਬਜ਼ ਮਿਰਚਾਂ ਕੱਟੀ ਗਿਆ ਸਲਾਈਸਿਸ ਰੱਖੀਆਂ ਸਲਾਈਸ ਤੱਕੀ ਸਕਦੇ ਹੋ, ਇਹ ਦੋ ਚਮਚ ਸਬਜ਼ ਮਿਰਚਾਂ ਸਮਝਾ ਅਸਾਂ ਐਡ ਕਰਨੀ ਆ। ਤੋ ਗ੍ਰੀਨ ਮਿਰਚਾਂ ਅਸਾਂ ਐਡ ਕਰੀ ਛੋੜੀਆਂ, ਨਾਲ ਹੀ ਅਸਾਂ ਮਿਕਸ ਕਰਨੇ ਸਬਜ਼ੀ ਵਿੱਚ। ਇਸ ਤੋਂ ਬਾਅਦ ਅਸਾਂ ਫਰੈਸ਼ ਧਨੀਆ ਇਕੱਠੀ ਕਰ ਰੱਖਿਆ ਸੀ ਮਾਸ਼ਾਅੱਲਾ ਨਾਈਸ ਕੱਟੇ ਹੋਏ ਤਾਂ ਅਸਾਂ ਐਡ ਕਰਨੇ ਅੰਡੇ ਵਿੱਚ। ਥੋੜ੍ਹੀ ਦੇਰ 'ਤੇ ਅਸਾਂ ਇਸੀ ਅੰਡੀ ਕੀ ਰੱਖਸਾਂ ਮਾਸ਼ਾਅੱਲਾ ਅਸਾਂ ਨੇ ਅੰਡੀ ਤਿਆਰ ਹੋਈ ਗਈ ਹੈ, ਤਾਂ ਹੁਣ ਤੁਸੀਂ ਐਂਡ ਫਾਈਨਲ ਲੁੱਕ ਤੱਕ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਬਣਤੀ ਹੈ ਅੰਡੀ ਅਸਾਂ। ਹੁਣ ਅਸਾਂ ਨੇ ਅੰਡੀ ਤਿਆਰ ਹੋਈ ਗਈ ਹੈ ਤੱਕੀ ਸਕਦੇ ਸਬਜ਼ੀ ਮਾਸ਼ਾਅੱਲਾ ਲੁੱਕ ਫਾਈਨਲ ਲੁੱਕ ਤੱਕ ਤੱਕੀ ਸਕਦੇ ਹੋ ਕਿਸ ਤਰ੍ਹਾਂ ਬਣਤੀ ਹੈ। ਹੁਣ ਡਿਸ਼ ਆਊਟ ਕਰ ਸਾਂ ਹੁਣ ਤੱਕ ਅਸਾਂ ਡਿਸ਼ ਆਊਟ ਕਰਨੇ ਤਾਂ ਤੁਸੀਂ ਵਿਊ ਕਰਾਉਣੇ ਆ। ਮਾਸ਼ਾਅੱਲਾ ਤੱਕੀ ਸਕਦੇ ਹੋ ਕਿ ਨਾਈਸ ਅੰਡੀ ਬਣਤੀ ਹੈ। ਅਗਰ ਤੁਸੀਂ ਅਸਾਂ ਦੀ ਰੈਸਪੀ ਪਸੰਦ ਅੱਛਾ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ।
Allah Hafiz.